ਜਿੱਦਾਂ ਤੁਸੀਂ ਗੱਲ ਕੀਤੀ ਸੀ ਹੈ ਨਾ ਰੈਪਰਸ ਅੱਛੇ ਨੇ ਬਾਲੀਵੁੱਡ ਤੱਕ ਚੱਲ ਗਏ ਨੇ ਹੈ ਨਾ ਹਨੀ ਸਿੰਘ ਤੁਸੀਂ ਮਤਲਬ ਦੇਖਿਆ ਹੀ ਆ ਹਨੀ ਸਿੰਘ ਬਹੁਤ ਫੇਮਸ ਹੋਏ ਉਸ ਤੋਂ ਬਾਅਦ ਇੱਕ ਫਿਰ ਟਾਈਮ ਪੀਰੀਅਡ ਆਇਆ ਕਿ ਜਦੋਂ ਥੋੜ੍ਹਾ ਉਹ ਡਿਪਰੈਸ ਹੋ ਗਏ ਆ ਕੁਛ ਚੀਜ਼ਾਂ ਇੱਦਾਂ ਦੀਆਂ ਹੋਈਆਂ ਕਿ ਉਹ ਇੰਡਸਟਰੀ ਤੋਂ ਬਾਹਰ ਹੋ ਗਏ ਥੋੜ੍ਹੇ ਟਾਈਮ ਲਈ ਬਟ ਫਿਰ ਉਹ ਵਾਪਸ ਹੁਣ ਇੰਡਸਟਰੀ ਵਿੱਚ ਆਏ ਨੇ ਔਰ ਅੱਛਾ ਕਰ ਰਹੇ ਨੇ ਤੁਸੀਂ ਕੋਈ ਵਿਸ਼ਸ ਦੇਣਾ ਚਾਹੋਗੇ ਉਹਨਾਂ ਨੂੰ ਜਾਂ ਕੋਈ ਕੁਛ ਕਹਿਣਾ ਚਾਹੋਗੇ ਉਹਨਾਂ ਲਈ ਆਈ ਥਿੰਕ ਮੇਰੇ ਫੈਨਸ 'ਚ ਕਿਸੇ ਤਰ੍ਹਾਂ ਹੁਣ ਜਿਹੜਾ ਰੀਸੈਂਟਲੀ ਮੇਰਾ ਵਿਜ਼ਿਟ ਹੈ ਇਹਦੇ 'ਚ ਮੈਂ ਈਵਨ ਜੇ ਮੇਰੇ ਕਲੋਸ ਫੈਨਸ ਨੇ ਉਹਨਾਂ ਨੂੰ ਵੀ ਮੈਂ ਆਪਣੀ ਜਿਹੜੀ ਰੀਅਲ ਪਰਸਨੈਲਿਟੀ ਹੈ ਉਹਦੇ ਨਾਲ ਇੰਟਰੋਡਿਊਸ ਕਰਨਾ ਮੰਗਣਾ ਮੈਂ ਸਮਝਣਾ ਮੇਰੇ ਮਿਊਜ਼ਿਕ ਨੇ ਮੇਰੇ ਫੈਨਸ ਨੂੰ ਵੀ ਥੋੜ੍ਹਾ ਜਿਹਾ ਡਿਸਟਰੈਕਟ ਕਰਤਾ ਉਹ ਐਕਚੁਅਲੀ ਮੇਰੇ ਤੋਂ ਡਿਸਟਰੈਕਟ ਹੋ ਗਏ ਨੇ ਕਿੰਨੇ ਮੇਰੇ ਫੈਨਸ ਨੇ ਜਿਹੜੇ ਮੈਨੂੰ ਹੀ ਫੋਲੋ ਕਰਦੇ ਨੇ ਉਹ ਮੇਰੇ ਬਾਰੇ ਕਹਿੰਦੇ ਨੇ ਯਾਰ ਮੈਂ ਮੈਨੂੰ ਇੱਦਾਂ ਲੱਗਦਾ ਕਿ ਵੀ ਤੁਸੀਂ ਤਾਂ ਮੈਨੂੰ ਮੇਰੀ ਸੁਣ ਹੀ ਨਹੀਂ ਰਹੇ ਮੈਂ ਤਾਂ ਕਦੀ ਕਿਹਾ ਨਹੀਂ ਕਿ ਕਿਸੇ ਨਾਲ ਲੜੋ ਮੈਂ ਤਾਂ ਕਦੀ ਕਿਹਾ ਨਹੀਂ ਕਿ ਬਈ ਤੁਸੀਂ ਆਹ ਕਰੋ ਮੈਂ ਤਾਂ ਕਦੀ ਕਿਹਾ ਨਹੀਂ ਕਿ ਤੁਸੀਂ ਰੈਪਰ ਵੀ ਬਣੋ ਕੁਛ ਕੁਛ ਮੇਰੇ ਫੈਨਸ ਨੇ ਜਿਹੜੇ ਮੈਨੂੰ ਫੋਲੋ ਕਰਦੇ ਨੇ ਕਹਿੰਦੇ ਭਾਅ ਜੀ ਤੁਹਾਡੇ ਸੌਂਗ ਸੁਣ ਕੇ ਮੈਂ ਡੈਂਟਿਸਟ ਬਣਿਆ ਤੁਹਾਡੇ ਸੌਂਗ ਸੁਣ ਕੇ ਮੈਂ ਪਾਇਲਟ ਬਣਿਆ ਤੁਹਾਡੇ ਸੌਂਗ ਸੁਣ ਕੇ ਮੈਂ ਬਾਹਰ ਬਹਿਸ ਕਰਕੇ ਮੈਂ ਲੋਇਰ ਬਣਿਆ ਸੋ ਦੈਟਸ ਉਹ ਬਟ ਉਹ ਥੋੜ੍ਹੇ ਘੱਟ ਨੇ ਜਿਹੜੇ ਮੈਜੋਰਟੀ ਫੈਨਸ ਨੇ ਉਹ ਥੋੜ੍ਹੇ ਜਿਹੇ ਡਿਸਟਰੈਕਟ ਨੇ ਜਿਹੜਾ ਮੇਰਾ ਰੀਅਲ ਮਿਸ਼ਨ ਹੈ ਜਿਹੜਾ ਮੇਰਾ ਰੀਅਲ ਮੈਸੇਜ ਹੈ ਉਹ ਤੋਂ ਕਿਉਂਕਿ ਮਿਊਜ਼ਿਕ ਇੱਕ ਇੰਟਰਟੇਨਮੈਂਟ ਚੀਜ਼ ਹੈ ਉਹਨਾਂ ਨੂੰ ਇੰਟਰਟੇਨ ਕਰਦੇ 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 ਥੋੜ੍ਹਾ ਡਿਸਟਰੈਕਟ ਕਰ ਗਈ ਅਤੇ ਮੈਂ ਚਾਹੁੰਦਾ ਕਿ ਹੁਣ ਰੀਸੈਂਟ ਈਅਰਸ 'ਚ ਮੈਂ ਉਹਨਾਂ ਨੂੰ ਹੁਣ ਆਪਣੀ ਜਿਹੜੀ ਰੀਅਲ ਪਰਸਨੈਲਿਟੀ ਹੈ ਫੈਨਸ ਨੂੰ ਵੀ ਇੰਟਰੋਡਿਊਸ ਕਰਾਂ ਅਤੇ ਤੁਸੀਂ ਹਨੀ ਦੀ ਗੱਲ ਕੀਤੀ ਹਨੀ ਤਾਂ ਮੈਂ ਤਾਂ ਬਹੁਤ ਸਾਲਾਂ ਪਹਿਲਾਂ ਮਿਲੇ ਉਸ ਤੋਂ ਬਾਅਦ ਵੀ ਅਸੀਂ ਕਿੰਨਾ ਚਿਰ ਇਨ ਟੱਚ ਰਹੇ ਹਾਂ ਸਾਡੇ 'ਚ ਐਜ਼ ਅ ਪਰਸਨ ਟੂ ਪਰਸਨ ਕਦੀ ਕੋਈ ਕੋਈ ਪ੍ਰੋਬਲਮ ਨਹੀਂ ਹੋਇਆ ਐਜ਼ ਅ ਮਿਊਜ਼ਿਕ ਅਸੀਂ ਇੰਟਰਟੇਨ ਕੀਤਾ ਫੈਨਸ ਨੂੰ ਕਦੀ ਕਦੀ ਮੈਂ ਵੀ ਕਿਹਾ ਕਿ ਹਾਂ ਯੂ ਨੋ ਮੈਂ ਬੈਸਟ ਹਾਂ ਉਹ ਕਹਿੰਦੇ ਨਹੀਂ ਮੈਂ ਬੈਸਟ ਹਾਂ ਬਟ ਦੈਟਸ ਮਿਊਜ਼ਿਕ ਸਪੈਸ਼ਲੀ ਰੈਪ ਜਿਹੜਾ ਇਟਸ ਅ ਕੰਪੈਰੀਟਿਵ ਸਪੋਰਟ ਜਿੱਦਾਂ ਬੋਕਸਿੰਗ ਹੁੰਦੀ ਹੈ ਜਿੱਦਾਂ ਰੈਸਲਿੰਗ ਹੁੰਦੀ ਅਤੇ ਦੈਟਸ ਇੰਟਰਟੇਨਮੈਂਟ ਬਟ ਇਨ ਪਰਸਨੈਲਿਟੀ ਹਨੀ ਦਾ ਮਿਊਜ਼ਿਕ ਓਬਵੀਅਸਲੀ ਹਨੀ ਨੇ ਮੇਰਾ ਮਿਊਜ਼ਿਕ ਅਪਰੀਸ਼ੀਏਟ ਕੀਤਾ ਮੈਨੂੰ ਦੱਸਿਆ ਕਿ ਭਾਜੀ ਹਨੀ ਦਲਜੀਤ ਦੀਸ ਗਾਇਜ਼ ਯੂਜ਼ ਟੂ ਗੋ ਟੂ ਦ ਜਿਮ ਟੁਗੈਦਰ ਲਿਸਨ ਟੂ ਮਾਈ ਮਿਊਜ਼ਿਕ ਐਂਡ ਅਪਰੀਸ਼ੀਏਟ ਦਲਜੀਤ ਭਾਜੀ ਕੇਮ ਟੂ ਮਾਈ ਹਾਊਸ ਐਂਡ ਹੀ ਟੋਲਡ ਮੀ ਆਲ ਦੋ ਸਟੋਰੀਜ਼ ਇਨ ਕੈਲੀਫੋਰਨੀਆ ਇਸੀ ਤਰ੍ਹਾਂ ਮੈਂ ਜਦੋਂ ਅਸੀਂ ਫੈਮਿਲੀ ਨਾਲ ਹੁੰਦੇ ਹਾਂ ਪਾਰਟੀ ਸੀਨ ਹੁੰਦਾ ਉੱਥੇ ਅਸੀਂ ਹਨੀ ਦੇ ਸੌਂਗ ਵੀ ਇੰਜੋਏ ਕੀਤੇ ਸੋ ਦੈਟਸ ਅ ਪਰਸਨੈਲਿਟੀ ਜਿਹੜੀ ਮੈਂ ਚਾਹੁੰਦਾ ਮੈਂ ਫੈਨਸ ਨੂੰ ਇੰਟਰੋਡਿਊਸ ਕਰਾਂ ਕਿ ਯੂ ਨੋ ਇਟਸ ਨਾਟ ਅਬਾਊਟ ਕਿ ਰਿਐਲਿਟੀ 'ਚ ਸਾਡੀ ਕੋਈ ਪ੍ਰੋਬਲਮ ਹੈ ਜਾਂ ਰਿਐਲਿਟੀ 'ਚ ਸਾਨੂੰ ਇੱਕ ਦੂਜੇ ਨਾਲ ਕੋਈ ਇਸ਼ੂ ਹੈ ਉੱਥੇ ਕਦੀ ਨਾ ਪਹਿਲਾਂ ਸੀ ਨਾ ਹੁਣ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਹਨੀ ਹੁਣ ਹੋਰ ਵੀ ਮਿਊਜ਼ਿਕ ਬਣਾ ਰਿਹਾ ਹੈ ਆਈ ਵਿਸ਼ ਹਿਮ ਆਲ ਦਾ ਬੈਸਟ